ਕੜੀ ਆਦਿ ਸਭਿਆ ਸੰਤਾਂ ਦੀ ਸੰਗਤ ਇੱਕ ਘੜੀ ਕਰੋ, ਇੱਕ ਘੜੀ ਨਹੀਂ ਤੇ ਅੱਧੀ ਘੜੀ ਕਰੋ, ਅੱਧੀ ਨਹੀਂ ਤੇ ਅੱਧੀ ਤੋਂ ਅੱਧੀ ਕਰੋ, ਫੋੜ ਦੇਈ ਜਾਂਦੇ। ਇੱਕ ਘੜੀ ਆਦਿ, ਘੜੀ ਆਦਿ ਸਭਿਆ ਕਬੀਰ ਸੰਤਨ ਗੋਸ਼ਟ ਜਿਨ ਕੀ ਨੇ ਸੋ ਲਾਭ, ਜਿਹਨੇ ਸੰਤਾਂ ਦੀ ਸੰਗਤ ਕੀਤੀ ਲਾਭ ਉਹਨੂੰ ਮਿਲਣਾ ਬਖਸ਼ੇ ਉਹਨੇ ਜਾਣ। ਦੂਜਾ ਹਰੇ ਦੱਸਦੇ ਵੀ ਰਾਜਾ ਨਿਰਮੋਹੀ ਹੋਇਆ, ਹਰੇ ਨਿਰਮੋਹੀ ਹੋਇਆ ਤੇ ਦੱਸਦੇ ਵੀ ਰਿਸ਼ੀ ਦੱਸਦੇ ਵੀ ਅਗਸਤ ਮੁਨੀ ਹੋਏ, ਉਹ ਆਖਣ ਲੱਗੇ ਵੀ ਰਾਜੇ ਨਿਰਮੋਹੀ ਨੂੰ ਵੇਖੀਏ ਸਹੀ, ਨਾ ਹੀ ਉਹਦਾ ਨਿਰਮੋਹੀ ਆ ਤੇ ਹੈਗਾ ਵੀ ਨਿਰਮੋਹੀ ਹੈ। ਉਹਨਾਂ ਦੇ ਮਨ 'ਚ ਇੱਕ ਵਿਉਂਤ ਆਈ ਜੀ, ਉਹਨਾਂ ਦਾ ਬੇਟਾ ਸੀ ਨਾ ਜਿਹੜਾ ਰਾਜਾ ਨਿਰਮੋਹੀ ਦਾ, ਉਹ ਕਹਿੰਦੇ ਸ਼ਿਕਾਰ ਖੇਡਣ ਗਿਆ, ਸ਼ਿਕਾਰ ਖੇਡਣ ਗਿਆ ਤੇ ਆਪਣੇ ਸੇਵਕਾਂ ਨੂੰ ਉਹਨਾਂ ਰਿਸ਼ੀਆਂ ਨੇ ਆਖਿਆ, ਰਿਸ਼ੀ ਨੇ ਵਿਸ਼ਨੂੰ ਮੁਨੀ ਨੇ ਵੀ ਇਹ ਬੱਚੇ ਨੂੰ ਰਾਜੇ ਦੇ ਨੂੰ ਫੜ ਲਓ। ਰਾਜੇ ਦੇ ਬੱਚੇ ਨੂੰ ਫੜ ਕੇ ਤਾਂ ਉਹਨਾਂ ਰੱਸੀਆਂ ਨਾਲ ਬੰਨ ਲਿਆ, ਰੱਸੀਆਂ ਨਾਲ ਬੰਨ ਕੇ ਤੇ ਮਹਾਰਾਜ ਜਿਹੜੀ ਅੰਦਰ ਕੁਲੀ ਸੀ ਉਹਦੇ ਚੋਂ ਹਾਂਜੀ ਕੈਦ ਕਰ ਲਿਆ। ਤੇ ਰਾਜਾ ਆਖਣ ਲੱਗਾ ਵੀ ਨਿਰਮੋਹੀ ਜਿਹੜਾ ਰਾਜਾ ਸੀ ਉਹ ਆਖਣ ਲੱਗਾ ਵੀ ਮੇਰਾ ਪੁੱਤ ਸ਼ਿਕਾਰ ਖੇਡਣ ਗਿਆ, ਅਜੇ ਤੱਕ ਮੁੜਿਆ ਕਿਉਂ ਨਹੀਂ, ਅਜੇ ਤੱਕ ਮੁੜਿਆ ਕਿਉਂ ਨਹੀਂ। ਉਹਨੇ ਰਾਣੀ ਨੇ ਪੁੱਛਿਆ, ਕਹਿੰਦੇ ਮਹਾਰਾਜ ਤੁਸੀਂ ਕਿਉਂ ਕੁਝ ਕਰਦੇ, ਜੇ ਅਸੀਂ ਇਬਾਦਤ ਕਰਦੇ ਭਗਤੀ ਕਰਦੇ ਹਾਂ ਉਹਦਾ ਰਸਤਾ ਹੋ, ਹਾਂਜੀ ਉਹਨਾਂ ਕੈਦ ਕਰ ਲਿਆ ਜੀ ਬੱਚੇ ਨੂੰ ਤੇ ਦੱਸਦੇ ਵੀ ਕੋਈ ਇੱਦਾਂ ਹੀ ਕੋਈ ਪੰਛੀ ਮਾਰ ਕੇ ਨਾ ਜਾਂ ਕੋਈ ਜਾਨਵਰ ਮਾਰ ਕੇ ਉਹਦਾ ਖੂਨ ਉਹਦੇ ਰਾਜੇ ਦੇ ਕੱਪੜੇ ਲਾ ਲਏ ਜੀ, ਮਹਾਰਾਜ ਰਾਜੇ ਦਾ ਜਿਹੜਾ ਪੁੱਤਰ ਸੀ ਕੱਪੜੇ ਉਤਾਰ ਕੇ ਤਾਂ ਉਹਨੂੰ ਖੂਨ ਲਾ ਲਿਆ ਤੇ ਰਾਜੇ ਦੇ ਮਹਿਲਾਂ ਨੂੰ ਆ ਗਿਆ ਜੀ ਮਹਾਰਾਜ, ਰਿਸ਼ੀ ਗਸਤਮੁਨੀ ਰਾਜੇ ਦੇ ਮਹਿਲਾਂ ਨੂੰ ਆ ਗਿਆ। ਪਾਉਂਦੇ ਵੇਖੀਏ ਤੇ ਸਹੀ ਨਿਰਮੋਹੀ ਨਾ ਹੀ ਆ ਕੇ ਦਿਲੋਂ ਵੀ ਨਿਰਮੋਹੀ ਆ, ਦੱਸਦੇ ਵੀ ਕਹਿੰਦੇ ਵੀ ਮੈਂ ਅਗਸਤ ਮੁਨੀ ਆਖਣ ਲੱਗਿਆ ਮੈਂ ਰਾਜੇ ਨੂੰ ਨਿਰਮੋਹੀ ਨੂੰ ਮਿਲਣਾ, ਉਹ ਆਖਣ ਲੱਗੇ ਵੀ ਮਹਾਰਾਜ ਤੁਸੀਂ ਆਓ ਮੈਂ ਦਾ ਇੱਥੇ ਕਕਸ਼ਾ ਜਿੱਥੇ ਰਹਿੰਦੇ ਤੁਰੇ ਜਾ ਰਹੇ ਰਿਸ਼ੀ ਅਗਸਤ ਮੁਨੀ ਤੇ ਪਹਿਲਾਂ ਹੀ ਮਹਾਰਾਜ ਉਹਨਾਂ ਦੀ ਘਰਵਾਲੀ ਘਰਵਾਲੀ ਨੂੰ ਪੁੱਛਣ ਲੱਗੇ ਵੀ ਮੈਂ ਮਤਲਬ ਕਿ ਰਾਜੇ ਨਿਰਮੋਹੀ ਨੂੰ ਮਿਲਣਾ, ਕਹਿੰਦੇ ਵੀ ਕੀ ਗੱਲ ਮੈਨੂੰ ਦੱਸੋ ਕੀ ਗੱਲ ਹੋਈ, ਕਹਿੰਦੇ ਵੀ ਰਾਜਾ ਨਿਰਮੋਹੀ ਦਾ ਜਿਹੜਾ ਬੇਟਾ ਨਾ ਉਹ ਆਹ ਵੇਖੋ ਦੇ ਕੱਪੜੇ ਆ ਉਹ ਕਤਲ ਹੋ ਗਿਆ, ਕਹਿੰਦੇ ਤੁਸੀਂ ਕੌਣ ਜੇ, ਮੈਂ ਆਂਦਾ ਵੀ ਮੈਂ ਆਂਦੀ ਵੀ ਮੈਂ ਉਹਦੀ ਮਾਂ ਆ, ਪਹਿਲਾਂ ਹੀ ਮਾਂ ਬਣੀ ਵੱਖ ਲੱਗੇ ਬਈ ਤੇਰਾ ਪੁੱਤਰ ਮਰ ਗਿਆ ਉਹਦੇ ਕੱਪੜੇ ਵੇਖੋ ਮੁੰਡੇ ਨਾਲ ਲਾਤੇ ਸ਼ੇਰ ਨੇ ਖਾ, ਅਗੋ ਰਾਣੀ ਕੀ ਆਂਦੇ ਕਿ ਦੁਨੀਆਂ ਇੱਕ ਦਰਖਤ ਦੀ ਮਨੇਂਦਿਆ, ਦੁਨੀਆਂ ਇੱਕ ਦਰਖਤ ਵਰਗੀ ਆ, ਦਰਖਤ ਚੋਂ ਇੱਕ ਪੱਤਾ ਡਿੱਗ ਗਿਆ ਤੇ ਕਿਹੜੀ ਕਮੀ ਪੈ ਗਈ ਰੱਬ ਦੇ ਲੇਖੇ ਲੱਗ ਗਿਆ, ਕੋਈ ਨੀ ਆਪ ਵੀ ਪੱਤਾ ਰੱਬ ਲਾਉਣ ਵਾਲਾ ਆਪ ਵੀ ਡਿੱਗਣ ਵਾਲਾ ਤੇ ਕੀ ਹੋ ਗਿਆ। ਭਾਵੇਂ ਵੀ ਰਾਣੀ ਘਰ ਵਾਲੀ ਇੱਦੀ ਪੱਕੀ ਆ, ਘਰ ਵਾਲੀ ਇੰਨੀ ਪੱਕੀ ਆ ਤੇ ਜਿਹੜਾ ਪਤੀ ਹੋਊਗਾ ਉਹਦੀ ਕੀ ਗੱਲ ਹੋਊਗੀ,
ਉਹ ਆਂਦੇ ਵੀ ਮੈਂ ਮਹਾਰਾਜ ਤੁਹਾਡੇ ਪਤੀ ਨੂੰ ਮੈਂ ਰਾਜੇ ਨਰਬੋਈ ਨੂੰ ਮਿਲਦਾ। ਆਂਦੇ ਵੀ ਚਲੋ ਮੈਂ ਤੁਹਾਨੂੰ ਬੁਲਾਉਂਦੀ, ਮੈਂ ਤੁਹਾਡੀ ਪਤਨੀ। ਚਲੇ ਗਏ ਜੀ ਰਾਜੇ ਨਰਬੋਈ। ਰਾਜਾ ਨਰਬੋਈ ਨਾਲ ਸਲਾਮ ਦੁਆ ਹੋਈ ਜੀ ਰਸਤਮਨੀ। ਉਹ ਆਖਣ ਲੱਗੇ ਵੀ ਰਾਜੇ ਨਾ ਤੇਰਾ ਪੁੱਤਰ ਮਰ ਗਿਆ। ਆਹ ਵੇਖੋ ਜੀ ਮਹਾਰਾਜ ਮੈਂ ਹਾਂਜੀ ਕੱਪੜੇ ਉਹਦੇ ਸ਼ੇਰ ਹਾਂਜੀ ਲੱਤ ਪੱਤ ਖੂਨ ਦੇ ਨਾਲ ਸ਼ੇਰ ਨੇ ਖਾ ਲਿਆ। ਆਖਣ ਲੱਗੇ ਅੱਛਾ ਸ਼ੇਰ ਨੇ ਖਾ ਲਿਆ, ਤੁਸੀਂ ਕਿੱਥੋਂ ਆਏ ਜੇ ਗਸਮਨੀ? ਆਖਣ ਲੱਗੇ ਮੈਂ 15 ਕਿਲੋਮੀਟਰ ਦੂਰ ਤੋਂ ਜੰਗਲ ਦੇ ਵਿੱਚੋਂ ਚੱਲ ਕੇ ਆਇਆ। ਆਂਦੇ ਵੀ ਕਿੰਨਾ ਚਿਰ ਲੱਗਾ ਖਬਰ ਦੇਣ ਤੁਸੀਂ ਆਏ? ਆਂਦੇ 15 ਕਿਲੋਮੀਟਰ ਮੈਂ ਚੱਲ ਕੇ ਆਇਆ, ਮੈਂ ਸਵੇਰ ਦਾ ਚੱਲੇ ਸ਼ਾਮ ਪੈ ਗਈ ਆ। ਕਿੰਨੇ ਘੰਟੇ ਜਾਂਦੇ ਆਏ ਜੇ? ਆਂਦੇ 12 ਘੰਟੇ ਚ ਆਏ ਆ। ਆਂਦੇ ਇਹੋ ਦੱਸਣ ਲਈ ਆਏ ਜੇ ਹਾਂ ਤੇਰਾ ਪੁੱਤਰ ਮਰ ਗਿਆ? ਉਹ ਆਖਣ ਲੱਗੇ ਜਿਹੜੇ 12 ਘੰਟੇ ਤੂੰ ਵੇਸਟ ਕੱਢ ਛੱਡੇ ਇਹੋ ਕਿਤੇ ਭਗਤੀ ਕਰਦੇ, ਬੇਕਾਰ ਹੀ ਤੁਸੀਂ ਟਾਈਮ ਵੇਸਟ ਕੀਤਾ ਦੱਸਣ ਆਏ ਜੀ। ਫਿਰ ਕੀ ਆ ਜਿਵੇਂ ਜੰਮਿਆ ਜਿਸ ਕੰਮ ਜਿਸ ਜੰਮੇ ਤੇ ਸਮਰਨਾ ਹੈ ਜਾਓ ਰਿਸ਼ੀ ਗਸਤਮੁਨੀ ਜੀ ਕੋਈ ਗੱਲ ਨਹੀਂ ਇਹ ਮੌਤ ਦਾ ਲਕਮ ਸਾਰਿਆਂ ਤੇ ਆਉਣਾ ਹੈ। ਕਦਮੀ ਡੇਗ ਪਏ ਜੀ ਕਿ ਨਹੀਂ ਮਹਾਰਾਜ ਅਸਲੀ ਸੰਤ ਤੇ ਤੁਸੀਂ ਜੇ ਭਾਵੇਂ ਰਾਜੇ ਜੇ ਨਾ ਤਖ਼ਤ ਤੇ ਬੈਠੇ ਜੇ ਵਾਕਿਆ ਤੂੰ ਰਾਜਾ ਨਾ ਨਿਰਮੋਹੀ ਆ ਤੇਰਾ ਨਾਂ ਜੇ ਨਿਰਮੋਹੀ ਆ ਨਾ ਤੂੰ ਹੈ ਵੀ ਨਿਰਮੋਹੀ ਆ। ਨਹੀਂ ਪੁੱਤਰ ਤੇਰਾ ਜੀਂਦਾ ਜੀ ਮੈਂ ਤੈਨੂੰ ਪਰਖਣ ਹੀ ਆਇਆ ਹਾਂ ਤੇਰੀ ਰਾਣੀ ਵੀ ਕਿਆ ਬਾਤ ਹੈ ਤੂੰ ਵੀ ਕਿਆ ਬਾਤ ਇਸ ਕਰਕੇ ਉਹ ਕੀ ਆਖਣ ਲੱਗਿਆ ਮਹਾਰਾਜ ਰਾਜਨ ਜਿੱਦਾਂ ਵਾਰਿਸ ਆਏ।